ਭਗਵੰਤ ਮਾਂ ਜਿਹਦੇ ਅੰਦਾਜ਼ੇ ਵਿੱਚ ਸ਼ੇਰ ਦੇ ਅਨੁਸਾਰ ਜਿਹ ਕਹਦੀ ਜਗ੍ਹਾ ਆਪਾਂ ਜੋ ਵਿਰੋਧੀਆਂ ਉੱਤੇ ਤੰਜ ਕੱਸਦੇ ਸੀ ਉਸੇ ਤਰ੍ਹਾਂ ਅੱਜ ਰਾਜਾ ਬਰਿੰਗ ਨੇ ਵੀ ਟਵੀਟ ਕਰਕੇ ਉਹਨਾਂ ਨੂੰ ਨਿਸ਼ਾਨੇ ਤੇ ਲਵਾਇਆ ਫਿਰ ਪਾਣੀ ਆ ਗਿਆ ਹਾਲੇ ਤੱਕ ਇਹਨਾਂ ਤੋਂ ਪ੍ਰਾਣੀਆਂ ਜਿਹੜੀਆਂ ਪਾੜ ਪਏ ਬੀ ਸੀ ਉਹ ਪੂਰੇ ਨਹੀਂ ਗਏ ਇਹ ਸਾਰੀਆਂ ਚੀਜ਼ਾਂ ਦਾ ਸਵਾਲ ਚੁੱਕਿਆਗਾ ਉਹਨਾਂ ਸੰਤ ਸੀਚੇਵਾਲ ਦੀ ਉਹ ਵੀਡੀਓ ਵੀ ਟੈਗ ਕੀਤੀ ਆ ਜਿਹਦੇ ਵਿੱਚ ਉਹ ਜਲ ਕਾਸਬ ਵਿਭਾਗ ਜੀ ਨੂੰ ਡਰੇਨ ਵਿਭਾਗ ਕਹਿੰਦੇ ਆ ਅਵਨੇਦਰ ਰਾਜਾ ਵੜਿੰਗ ਕਹਿੰਦੇ ਅਸੀਂ ਨਹੀਂ ਕਹਿ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਕਹਿ ਰਹੇ ਨੇ ਥੋੜੇ ਬਾਕੀ ਤਾਂ ਸੱਤਾ ਦੇ ਵਿੱਚੋਂ ਪੰਜ ਤਾਂ ਚਮਕੀ ਨਹੀਂ ਮਾੜਾ ਜਾ ਇੱਕ ਦਿਨ ਭਜੀ ਚਮਕਿਆ ਸੀ April ਦੇ ਮਹੀਨੇ ਤੋਂ ਬਾਅਦ April ਤੇ ਮਈ ਪੂਰੀ ਚੌਕਸੀ ਨਾਲ ਦੇਖਿਓ ਤੁਹਾਡੇ ਆਸ-ਪਾਸੇ ਜੇ ਕੋਈ ਸਹੀਪਨ ਬੰਦ ਪਏ ਨੇ ਆਪ ਹੀ ਖੋਲਦੇ ਹੋ ਇਹਨਾਂ ਨੂੰ ਨਾ ਦੇਖਿਓ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਜਿਹੜੇ ਜ਼ਮੀਨੀ ਹਕੀਕਤ ਜਾਣਦੇ ਆ ਕੰਮ ਜਾਣਦੇ ਆ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਕਹਿ ਰਹੇ ਨੇ ਜਲ ਕਸਬਾਗ ਨੇ ਕੰਮ ਨਹੀਂ ਕੀਤਾ ਤੇ ਇਹ ਚਿੱਟੇ ਹਾਥੀ ਬੰਨੇ ਕਾਤੇ ਵਾਸਤੇ ਨੇ ਉਹ ਲੋਕੋ ਪੰਜਾਬ ਦੇ ਸੱਪਿਆ ਚਾਰ ਨੂੰ ਅਪਣਾ ਲਓ ਐਸ ਵਾਰ ਸਾਰੇ ਜਿਹੜੇ ਲੱਗ ਕੇ ਨਦੀਆਂ ਨਾਲੇ ਆਪਸ ਮਾਰ ਲਿਓ ਔਰ ਜਿਹੜੇ ਫੈਕਟਰੀਆਂ ਵਾਲੇ ਪਾਣੀ ਪਾਉਂਦੇ ਆ ਇਹਨਾਂ ਫੈਕਟਰੀਆਂ ਦੇ ਜਾ ਕੇ ਧਰਨੇ ਦਿਓ ਬੰਨ ਮਾਰੋ ਉੱਥੇ ਉੱਚੇ ਉੱਚੇ ਇਹ ਕਮ ਇਨਾਂ ਦਾ ਨਹੀਂ ਕਿ ਇਹ ਨਹਿਰਾਂ 'ਚ ਪਾਣੀ ਸਟਣ ਜਾਂ ਨਾਲਿਆਂ 'ਚ ਸਟਣ ਇਹ ਕੰਮ ਕਰਦੇ ਹੋ ਅਗਲੀ ਵਾਰੀ ਤੁਹਾਡੇ ਪੰਜਾਬ ਦੇ ਵਿੱਚ ਵੇਹ ਸਮਝਦਾ ਜੇ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਤਾ ਕੋਈ ਹੱਡ ਨਹੀਂ ਆਏਗਾ ਕੀ ਲੱਗਦਾ ਹੈ ਕਿ ਜਿਹੜਾ ਆਮਾਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ ਘਟਚੋੜ ਹੋਣ ਜਾ ਰਿਹਾ ਹੈ ਕਿਤੇ ਨਾ ਕਿ ਜਿਹੜੇ ਪੰਜਾਬ ਕਾਂਗਰਸ ਦੇ ਬਿਲੋਂ ਨਾਰਾਜ਼ਗੀ ਜਿਤਾਈ ਜਾ ਰਹੀ ਹੈ ਇਹ ਇਸ ਗੱਲ ਤੇ ਤੰਜ ਕੱਸਦੇ ਆ ਕਿ ਉਹ ਸਮਝੌਤਾ ਜਿਹੜਾ ਕੌਮੀ ਪੱਧਰ ਤੇ ਹੋਇਆ ਲੋਕ ਸਭਾ ਦੀਆਂ ਚੋਣਾਂ ਵਾਸਤੇ ਹੋਇਆ ਪੰਜਾਬ ਦੇ ਵਿੱਚ ਇਸ ਸਮਝੌਤੇ ਦਾ ਕੋਈ ਅਸਰ ਨਹੀਂ ਉਹ ਕਮੰਟਰੀ ਭਗਵੰਤ ਮਾਨ ਨੇ ਇਹਨਾਂ ਤੇ ਤੰਜ ਕੱਸਦਾ ਕਹਿੰਦੇ ਕੋਈ ਨਹੀਂ ਸੱਚ ਅਸੀਂ ਹੈਗੇ ਆ ਤੁਸੀਂ ਵਿਰੋਧੀ ਧਿਰਾਂ ਉਹ ਤੇ ਵਿਰੋਧੀ ਧਿਰ ਹੀ ਰਹੋ ਕਿਉਂਕਿ ਅਗਲੀ ਮੀਟਿੰਗ ਹੈ ਜਿਹੜੀ ਉਹ ਮੁੰਬਈ ਦੇ ਵਿੱਚ ਹੋਣੀ ਹੈ ਉਸ ਤੋਂ ਪਹਿਲਾਂ ਹੋ ਸਕਦਾ ਭਗਵੰਤ ਮਾਨ ਸਾਹਿਬ ਪੰਜਾਬ 'ਚ ਵੀ ਰੱਖ ਲੈਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰਦੀਆਂ ਕੁਝ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ ਡੀ5 ਚੈਨਲ ਪੰਜਾਬੀ ਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ ਆਓ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਹਾਂ ਫਿਰ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ ਡਾਟੀ ਸਰ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਡਾਟੀ ਸਰ ਅੱਜ ਦਿੱਲੀ ਪਹੁੰਚੀ ਹੈ ਪੰਜਾਬ ਕਾਂਗਰਸ ਤੇ ਕੀ ਲੱਗਦਾ ਕਿ ਜਿਹੜਾ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ ਗੱਠਜੋੜ ਹੋਣ ਜਾ ਰਿਹਾ ਹੈ ਕਿਤੇ ਨਾ ਕਿਤੇ ਜਿਹੜੇ ਪੰਜਾਬ ਕਾਂਗਰਸ ਦੇ ਬਲੋਂ ਨਰਾਜ਼ਗੀ ਜਤਾਈ ਜਾ ਰਹੀ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਦੇਖਦੇ ਹੋ ਕਿ ਸੰਭਵ ਹੋਊਗਾ ਮੇਰਾ ਕਹਿ ਇਹਨੂੰ ਗੱਠਜੋੜ ਕਰਨਾ ਅਜੇ ਸਮੇ ਤੋਂ ਪਹਿਲਾਂ ਦੀ ਗੱਲ ਹੈ ਜੀ ਹਲੇ ਤੱਕ ਲ ਇਹ ਹੈ ਕਿ ਜਿਹੜੀਆਂ 26 ਰਾਸੀ ਪਾਰਟੀਆਂ ਨੇ ਹੂੰ ਉਹ 2024 ਨੂੰ ਲੈ ਕੇ ਜੀ ਇਹਦੇ ਤੇ ਇਕੱਠੀਆਂ ਹੋਈਆਂ ਨੇ ਕਿ ਆਪਾਂ 2024 ਦੇ ਵਿੱਚ ਹੂੰ ਦੇਸ਼ ਭਰ ਦੇ ਵਿੱਚ ਮੁਲਕ ਭਰ ਦੇ ਵਿੱਚ ਇੱਕ ਸਿਆਸੀ ਬਦਲਾਅ ਲਿਆਉਣਾ ਚਾਹੁੰਦੇ ਆ ਜੀ ਉਹਦੇ ਵਿੱਚੋਂ ਗੱਲ ਲਿਕ ਲਈ ਕਿ ਜਿਹੜਾ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਦੇ ਮਾਮਲੇ ਵਿੱਚ ਹੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਜਾਂਦਿਆਂ ਆਰਡੀਨੈਂਸ ਬਣਾ ਦਿੱਤਾ ਕਿ ਸ਼ਕਤੀਆਂ ਰਾਜਪਾਲ ਕੋਲ ਹੀ ਵੱਧ ਰਹਿਣਗੀਆਂ ਹਾਲਾਂਕਿ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਸੁਪਰੀਮ ਕੋਰਟ ਨੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੇ ਹਵਾਲੇ ਕਰਤਾ ਜੀ ਕਿ ਸੰਵਿਧਾਨਕ ਬੈਂਚ ਇਹਦੇ ਤੇ ਆਪਣੀ ਗੱਲਬਾਤ ਕਰੇਗਾ ਲੇਕਿਨ ਰਵਿੰਦਰ ਕੇਜਰੀਵਾਲ ਪਿਛਲੇ ਦਿਨਾਂ ਤੋਂ ਇਸ ਗੱਲ ਤੇ ਲੱਗੇ ਹੋਏ ਨੇ ਕਿ ਸੰਸਦ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਜਾਵੇ ਹੂੰ ਰਾਜ ਸਭਾ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਕੋਲੇ ਬਹੁਤ ਮਤ ਨਹੀਂ ਪਰ ਜਿਹੜਾ ਰਾਜ ਸਭਾ ਦਾ ਮਾਮਲਾ ਉਹਦੇ ਵਿੱਚ ਸਾਰਿਆਂ ਤੋਂ ਵੱਧ ਮੈਂਬਰ ਕਾਂਗਰਸ ਪਾਰਟੀ ਨਾਲ ਸਬੰਧਤ ਨੇ ਤੇ ਕਾਂਗਰਸ ਵੀ ਨਾ ਇਹ ਹੱਲ ਨਹੀਂ ਹੁੰਦਾ ਜਦੋਂ 23 ਜੂਨ ਨੂੰ ਇਹਨਾਂ ਦੀ ਪਟਨੇ ਦੇ ਵਿੱਚ ਮੀਟਿੰਗ ਹੋਈ ਉੱਥੇ ਕੇਜਰੀਵਾਲ ਨੇ ਇਹ ਸਵਾਲ ਚੱਕ ਦਿੱਤਾ ਕਿ ਪਹਿਲਾਂ ਉਹਦੇ ਤੇ ਗੱਲ ਕਰੋ ਤਾਂ ਉੱਥੇ तमाम ਪਾਰਟੀਆਂ ਦੇ ਜਿਹੜੇ ਵੱਡੇ ਆਗੂ ਬੈਠੇ ਸੀ ਉਹ ਕਹਿੰਦੇ ਭਾਈ ਸਾਡੀ ਤਾਂ ਇਹ ਮੰਗੀ ਨਹੀਂ ਪਹਿਲਾਂ ਹੂੰ ਅੱਜ ਦੀ ਮੀਟਿੰਗ ਤਾਂ ਹੋ ਰਹੀ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਨੂੰ ਜਦੋਂ ਫਿਰ ਉੱਥੇ ਮਲਕਰ ਦਿਨ ਖੜਕੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਹਿਤਾ ਜੀ ਕਿ ਤੁਹਾਡੀ ਰਿਕੁਐਸਟ ਸਾਡੇ ਕੋਲੇ ਆਈ ਵੀ ਹੈ ਅਸੀਂ ਇੱਕ ਸਬ ਕਮੇਟੀ ਦੇ ਹਵਾਲੇ ਕਰਤਾ ਜਦੋਂ ਇਹ ਬਰਖਾ ਰੁੱਤ ਸੈਸ਼ਨ ਸ਼ੁਰੂ ਹੋਵੇਗਾ ਲੋਕ ਸਭਾ ਤੇ ਰਾਜ ਸਭਾ ਦਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਫੈਸਲਾ ਕਰ ਲਾਂਗੇ ਸੈਸ਼ਨ 20 ਜੂਨ ਤੋਂ ਸ਼ੁਰੂ ਹੋ 20 ਜੁਲਾਈ ਤੋਂ ਸ਼ੁਰੂ ਹੋਇਆ 23 ਜੂਨ ਮਹੀਨਾ ਪਹਿਲਾਂ ਕੇਜਰੀਵਾਲ ਸਾਹਿਬ ਨੇ ਉੱਥੇ ਵਿਆਹ ਚ ਵੀਦਾ ਲੇਖਾ ਪਾਲਿਆ ਔਰ ਪ੍ਰੈਸ ਕਾਨਫਰੰਸ ਵਿੱਚ ਵੀ ਨਾ ਆਏ ਦੂਜੇ ਪਾਸੇ ਮੋਦੀ ਸਾਹਿਬ ਦੇ ਦੀ ਸਰਕਾਰ ਇਹਨਾਂ ਦੇ ਚੂੜੀਆਂ ਕੱਸ ਰਹੀਆਂ ਉਹਦਾ ਸਭ ਤੋਂ ਖਾਸਮ ਖਾਸ ਮੰਤਰੀ ਮਨੀਸ਼ ਸ਼ੋਧਿਆ ਜੇਲ੍ਹ ਚ ਹੈ ਉਹਦੀ ਘਰ ਵਾਲੀ ਦੇ ਬਿਮਾਰ ਹੋਣ ਦੇ ਬਾਵਜੂਦ ਵੀ ਉਹਨੂੰ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਮਿਲ ਰਹੀ ਸੋ ਅਜੇ ਮੌਕੇ ਦੇ ਵਿੱਚ ਅਜੇ ਸਮੇ ਤੋਂ ਪਹਿਲਾਂ ਦੀ ਗੱਲ ਹੈ ਪਰ ਦਿੱਲੀ ਦੇ ਆਗੂ ਅਜੇ ਮਾਕਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਇਹ ਇਸ ਗੱਲ ਤੇ ਤੰਜ ਕਸਦੇ ਆ ਕਿ ਉਹ ਸਮਝੌਤਾ ਜਿਹੜਾ ਕੌਮੀ ਪੱਧਰ ਤੇ ਹੋਇਆ ਲੋਕ ਸਭਾ ਦੀਆਂ ਚੋਣਾਂ ਵਾਸਤੇ ਹੋਇਆ ਪੰਜਾਬ ਦੇ ਵਿੱਚ ਇਸ ਸਮਝੌਤੇ ਦਾ ਕੋਈ ਅਸਰ ਨਹੀਂ ਅਸੀਂ ਪਹਿਲਾਂ ਵੀ ਵਿਰੋਧੀ ਧਿਰ ਸੀ ਅੱਜ ਵੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤੇ ਤੰਜ ਕਸਦਾ ਕਹਿੰਦੇ ਕੋਈ ਨਹੀਂ ਸੱਚ ਅਸੀਂ ਹੈਗੇ ਆ ਤੁਸੀਂ ਵਿਰੋਧੀ ਧਿਰੋਂ ਤੇ ਵਿਰੋਧੀ ਧਿਰ ਹੀ ਰਹੋ ਅੱਜ ਇਹ ਆਪਣੀ ਪਾਰਟੀ ਦੇ ਪ੍ਰਧਾਨ ਮਲਕਰਜਨ ਖੜਗੇ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਪਹੁੰਚੇ ਹੋਏ ਐ ਇਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ ਉਹਦੇ ਵਿੱਚੋਂ ਕੀ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਅਜੇ ਲੋਕ ਸਭਾ ਦੀਆਂ ਚੋਣਾਂ ਦੂਰ ਨੇ ਤੇ ਕੌਮੀ ਪੱਧਰ ਦੇ ਉੱਤੇ ਉਹਨੂੰ ਕਿਉਂਕਿ ਅਗਲੀ ਮੀਟਿੰਗ ਹੈ ਜਿਹੜੀ ਉਹ ਮੁੰਬਈ ਦੇ ਵਿੱਚ ਹੋਣੀ ਹੈ ਉਸ ਤੋਂ ਪਹਿਲਾਂ ਹੋ ਸਕਦਾ ਭਗਵੰਤ ਮਾਨ ਸਾਹਿਬ ਪੰਜਾਬ 'ਚ ਵੀ ਰੱਖ ਲੈਣ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਰੱਖ ਲੈਣ Rajasthan 'ਚ ਅਸ਼ੋਕ ਗਹਿਲੋਤਸਵ ਰੱਖ ਲੈਣ ਕਈ ਰਾਜ ਜਿੱਥੇ-ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਉਹ ਵੀ ਰੱਖ ਸਕਦੇ ਮਮਤਾ ਬੇਨਰਜੀ ਪੱਛਮੀ ਬੰਗਾਲ ਦੇ ਵਿੱਚ ਵੀ ਰੱਖ ਸਕਦੇ ਆ ਸੋ ਇਹ ਇੰਨਾ ਛੇਤੀ ਵਾਲਾ ਮਾਮਲਾ ਨਹੀਂ ਅਜੇ ਤਾਂ ਉਹਨਾਂ ਨੇ ਇੱਕ 11 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਜਾ ਰਹੀ ਹੈ ਜਿਹੜੀ ਸਾਰੇ ਪਹਿਲੂਆਂ ਦੇ ਉੱਤੇ ਵਿਚਾਰ ਕਰੇਗੀ ਟਿਕਟ ਕਿਵੇਂ ਵੰਡਣੀ ਹੈ ਲੜਦੀ ਕਿਵੇਂ ਹੈ ਇਹ ਅਜੇ ਬਹੁਤ ਵੱਡਾ ਮਾਮਲਾ ਹੈ ਇਹ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਹਮਣੇ ਆਵੇ ਜੀ ਡਾਕਟਰ ਸਾਹਿਬ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੇ ਉਸ ਅੰਦਾਜ਼ ਦੇ ਵਿੱਚ ਅਮਰਿੰਦਰ ਸਿੰਘ ਰਾਜਵੜਿੰਗ ਨੇ ਵੀ ਸਵਾਲ ਚੁੱਕੇ ਨੇ ਉਹ ਜਿਵੇਂ ਪਕਵਾਂ ਤਾਂ ਮਾਂ ਜਿਸ ਅੰਦਾਜ਼ੇ ਵਿੱਚ ਸ਼ੇਰ ਦੇ ਅਨੁਸਾਰ ਜਿ ਕਿਹਦੀ ਜਗ੍ਹਾ ਆਪਾਂ ਜੋ ਵਿਰੋਧੀਆਂ ਉੱਤੇ ਤੰਜ ਕੱਸਦੇ ਸੀ ਉਸੇ ਤਰ੍ਹਾਂ ਅੱਜ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਦੇ। ਦੇਖੋ ਗੱਲ ਇਹ ਹੈ ਉਹ ਕਹਿੰਦੇ ਨੇ ਕਿ ਹੜ੍ਹਾਂ ਦੀ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪੰਜਾਬ 'ਚ। ਬਹੁਤ ਸਾਰੇ ਖੇਤਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁੱਖ ਦਾ ਸਾਹ ਲਿਆ ਸੀ। ਉਹ ਸੁੱਖ ਦਾ ਸਾਂ ਇਸ ਕਰਕੇ ਲਿਆ ਸੀ ਕਿ ਕਈ ਖੇਤਰਾਂ ਦੇ ਵਿੱਚ ਘੱਗਰ ਦਾ ਪਾਣੀ ਘਟ ਗਿਆ ਪਰ ਇਸ ਦੇ ਉਲਟ ਤਾਜ਼ਾ ਪਹਾੜਾਂ ਦੇ ਉੱਤੇ ਬਹੁਤ ਤੇਜ਼ੀ ਨਾਲ ਮੀਂਹ ਪੈ ਰਿਹਾ ਹੈ ਅਗਲੇ 2 ਦਿਨਾਂ ਦਾ ਵੀ yellow alert ਦੱਸਿਆ ਜਾ ਰਿਹਾ ਹੈ ਇਹ ਪਾਣੀ ਪਹਾੜਾਂ ਵਾਲੇ ਦੇ ਨਾਲ ਘੱਗਰ ਦਾ ਫੇਰ ਪਾਣੀ ਆ ਗਿਆ ਹਾਲੇ ਤੱਕ ਇਹਨਾਂ ਤੋਂ ਪ੍ਰਾਣੀਆਂ ਜਿਹੜੀਆਂ ਪਾੜ ਪਏ ਵੀ ਸੀ ਉਹ ਪੂਰੇ ਨਹੀਂ ਗਏ ਇਹ ਸਾਰੀਆਂ ਚੀਜ਼ਾਂ ਦਾ ਸਵਾਲ ਚੁੱਕਿਆਗਾ ਅਵਰਿੰਦਰ ਸਿੰਘ ਰਾਜਾ ਬੜਿੰਗ ਨੇ ਉਹਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਮਾਮਲਾ ਨਾਲ ਟੈਗ ਕੀਤਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੀਚੇਵਾਲ ਸਾਹਿਬ ਨੇ ਚੁੱਕਿਆ ਸੀ ਹੂੰ ਉਹਨਾਂ ਨੇ ਕਿਹਾ ਸੀ ਕਹਿੰਦੇ ਤੁਕਬੰਦੀ ਤੇ ਸ਼ਹਿਰੀ ਤਨ ਚ ਕਸਦਿਆਂ ਕਹਿੰਦਾ ਸਰਕਾਰੇ ਉਹ ਸਰਕਾਰੇ ਉੱਠਦੇ ਦੇਖ ਆਲੇ ਦੁਆਲੇ ਇੱਕ ਹੜ੍ਹਾਂ ਨੇ ਡੋਬਤਾ ਪੰਜਾਬ ਸਾਡਾ ਉਹਨਾਂ ਸੰਤ ਸੀਚੇਵਾਲ ਦੀ ਉਹ ਵੀਡੀਓ ਵੀ ਟੈਗ ਕੀਤੀ ਹੈ ਜਿਹਦੇ ਵਿੱਚ ਉਹ ਜਲ ਕਾਸਬ ਵਿਭਾਗ ਜੀ ਨੂੰ ਡਰੇਨ ਵਿਭਾਗ ਕਹਿੰਦੇ ਆ ਹੂੰ ਉਹਦੇ ਬਾਰੇ ਕਹੇ ਆ ਕਿ ਮੁੱਖ ਮੰਤਰੀ ਜੀ ਡਰੇਨੇਜ ਵਿਭਾਗ ਨੇ ਕੰਮ ਨਹੀਂ ਕੀਤਾ ਕਈ ਖੇਤਰਾ 'ਚ 29 ਜੂਨ ਨੂੰ ਕੰਮ ਸ਼ੁਰੂ ਹੋਇਆ ਹੈ ਅਮਰਿੰਦਰ ਰਾਜਾ ਵੜਿੰਗ ਕਹਿੰਦੇ ਅਸੀਂ ਨਹੀਂ ਕਹਿ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਕਹਿ ਰਹੇ ਨੇ ਥੋੜੇ ਬਾਕੀ ਤਾਂ ਸੱਤਾਂ ਦੇ ਵਿੱਚੋਂ ਪੰਜ ਤਾਂ ਚਮਕੇ ਨਹੀਂ ਮੜਾ ਜਾ ਇੱਕ ਦਿਨ ਭਜੀ ਚਮਕਿਆ ਸੀ ਸੋ ਉਹ ਕਹਿੰਦੇ ਡਰੇਨੇਜ ਭਾਗ ਤੇ ਦੋਸ਼ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਸੀਚੇਬਾਲ ਨੇ ਅਧਿਕਾਰੀਆਂ ਨੂੰ ਮੀਂਹ ਤੋਂ ਪਹਿਲਾਂ ਗਿੱਦੜਪਿੰਡੀ ਰੇਲਵੇ ਪੁਲ ਦੀ ਸਪਾਈ ਕਰਨ ਲਈ ਕਿਹਾ ਜੋ ਇਕੱਠੀ ਹੋਈ ਮਿੱਟੀ ਨੂੰ ਕੱਢਿਆ ਜਾਵੇ ਕਹਿੰਦੇ ਇਹ ਮਾਇਗਮਾ ਅਜੇ ਟੈਂਡਰ ਕੱਢ ਕੇ ਪੁੱਛ ਰਿਹਾ ਹੈ ਤੇ ਫਿਰ ਤੱਕ ਗੱਲ ਦਰਸਤਾ ਰਿਹਾ ਕਿ 29 ਜੂਨ ਨੂੰ ਕਈ ਥਾਵਾਂ ਤੇ ਕੰਮ ਸ਼ੁਰੂ ਹੋਇਆ ਤੇ 10 ਜੂਨ ਤੋਂ ਪਹਿਲਾਂ ਪਹਿਲਾਂ 10 ਜੁਲਾਈ ਤੋਂ ਇੱਥੇ ਬਰਸਾਤਾਂ ਆ ਗਈਆਂ ਟੈਂਡਰ ਨਹੀਂ ਚੱਕਿਆ ਜਾ ਸਕਿਆ ਐਸਡੀਐਮ ਨੂੰ ਵੀ ਕਿਹਾ ਕਿ ਉਹ ਜੇ ਧਿਆਨ ਦਿੰਦੇ ਸੰਤ ਸਿਚੇਵਾਲ ਸਾਹਿਬ ਕਹਿ ਰਹੇ ਨੇ ਇਹ ਸ਼ਾਹਕੋਟ ਦੇ ਐਸਡੀਐਮ ਨੂੰ ਕਹਿੰਦੇ ਮੈਂ ਉਹਦੇ ਨਾਲ ਗੱਲ ਕੀਤੀ ਐਸਡੀਐਮ ਨੂੰ ਕਿਹਾ ਕਿ ਜੇ ਤੁਸੀਂ ਧਿਆਨ ਦਿੱਤਾ ਹੁੰਦਾ ਤਾਂ ਅਜਿਹੀ ਸਥਿਤੀ ਨਾ ਹੁੰਦੀ ਮੈਂ ਸਾਡੇ ਸਮੂਹ ਮਾਨਜੋਗ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਵੇਖ ਲਿਆ ਤੁਹਾਡਾ ਕੋਈ ਬਾਹਰ ਫੜਨ ਨਹੀਂ ਆਇਆ ਤੁਸੀਂ ਆਪਸ ਵਿੱਚ ਦੀ ਇਕੱਠੇ ਹੋ ਕੇ ਆਪਣੇ ਆਪ ਦਾ ਬਚਾਅ ਕਰ ਰਹੇ ਹੋ ਹੁਣ ਤੋਂ ਚੌਕਸੀ ਰੱਖਿਓ ਅਗਲੀ ਵਾਰ ਅਪ੍ਰੈਲ ਦੇ ਮਹੀਨੇ ਤੋਂ ਬਾਅਦ ਅਪ੍ਰੈਲ ਤੇ ਮਈ ਪੂਰੀ ਚੌਕਸੀ ਨਾਲ ਦੇਖਿਓ ਤੁਹਾਡੇ ਆਸ-ਪਾਸੇ ਜੇ ਕੋਈ ਸਾਈਫਨ ਬੰਦ ਪਏ ਨੇ ਆਪ ਹੀ ਖੋਲ ਦਿਓ ਇਹਨਾਂ ਨੂੰ ਨਾ ਦੇਖਿਓ ਜੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਜਿਹੜੇ ਜ਼ਮੀਨੀ ਹਕੀਕਤ ਜਾਣਦੇ ਆ ਕੰਮ ਜਾਣਦੇ ਆ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਕਹਿ ਰਹੇ ਨੇ ਜਲ ਕਸ ਭਾਗ ਨੇ ਕੰਮ ਨਹੀਂ ਕੀਤਾ ਤੇ ਇਹ ਚਿੱਟੇ ਹਾਥੀ ਬੰਨੇ ਕਦੇ ਵਾਸਤੇ ਨੇ ਲੱਖਾਂ ਰੁਪਈਆ ਦਾ ਇਹਨਾਂ ਦਾ ਖਰਚ ਹੁੰਦਾ ਹੈ ਉਹ ਲੱਖਾਂ ਰੁਪਈਆ ਦਾ ਖਰਚਾ ਜਿਹੜਾ ਉਹ ਕਿਉਂ ਹੋ ਰਿਹਾ ਹੈ ਤੇ ਅਜਾਈ ਜਾ ਰਿਹਾ ਚਾਰੇ ਪਾਸਿਓ ਕੋਈ ਬੰਦਾ ਇਸ ਮਾਮਲੇ ਵਿੱਚ ਆ ਕੇ ਉਹਦੇ ਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸੋ ਲੋਕੋ ਬਹਾਦਰ ਪੰਜਾਬੀਓ ਉਹ ਜਿਹੜਾ ਪੁਰਾਣਾ ਭੁੱਲ ਗਏ ਤੁਸੀਂ ਹੱਥੀਂ ਕੰਮ ਕਰਨਾ ਉਹਨੂੰ ਕਿਰਪਾ ਕਰੋ ਆਪਣੇ ਸੰਗਠਨ ਬਣਾ ਕੇ ਆਪਣੇ ਆਪਣੇ ਪਿੰਡਾਂ ਜੇ ਮੰਨ ਲਓ ਤੁਹਾਡੇ ਚਾਰ ਪਿੰਡਾਂ 'ਚ ਘੱਗਰ 4 ਕਿਲੋਮੀਟਰ ਜਾਂਦਾ ਹੈ ਜੇ ਕਰਾ ਲੈ ਕੇ ਤੁਸੀਂ ਪੱਟਣ ਲੱਗੇ ਘਰਾਂ ਘਰਾਂ ਦੇ ਵਿੱਚ ਢਾਲ ਪਾ ਲਈ ਔਰ ਜਿਹੜਾ ਵਨ ਤੁਸੀਂ ਇੱਕ ਵਾਰੀ ਉਸਾਰ ਦਿਓਗੇ ਉਹ 10-15 ਸਾਲ ਟੁੱਟਣਾ ਨਹੀਂ ਇੱਕ ਹੋਰ ਗੱਲ ਬਹੁਤ ਵੱਡੀ ਸਾਹਮਣੇ ਨਿਕਲ ਕੇ ਆਈ ਹੈ ਜੀ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਚੰਦਪੁਰਾ ਬਨ ਹੈ ਹੂੰ ਬਿਲਕੁਲ ਜੀ ਇਹ ਚਾਂਦਪੁਰਾ ਬੰਨ ਦੀ ਜਿਹੜੀ ਅਸਲ ਗੱਲ ਨਿਕਲ ਕੇ ਆਈ ਹੈ ਉਹ ਇਹ ਆਈ ਹੈ ਕਿ ਦੁਨਾਂ ਪਾਸੇ ਸਰਕਾਰਾਂ ਦਾ ਆਪਸੀ ਤਾਲਮੇਲ ਹੀ ਨਹੀਂ ਬਿਲਕੁਲ ਜੀ ਉਰਲੇ ਪਾਸੇ ਜਿਹੜਾ ਮਾਨਸਾਬ ਵਾਲਾ ਐਸਡੀਐਮ ਕਹਿੰਦਾ ਹੈ ਡੀਸੀ ਸ਼ਿਸ਼ਪਾਲ ਸਿੰਘ ਚੁੱਪ ਹੈ ਢਿੱਲੀ ਜੀ ਆਵਾਜ਼ ਕੱਢਦਾ ਹੈ ਦੂਜੇ ਪਾਸੇ ਕਹਿੰਦੇ ਜਿਹੜਾ ਜਾਖਲ ਵਾਲਾ ਐਸਡੀਐਮ ਹੈ ਉਹਨੇ ਦਫਾ ਚੋਟਾਲੀ ਲਈ ਵੀ ਉਧਰਲੇ ਪਾਸੇ ਉਹ ਇਹਨਾਂ ਨੂੰ ਜਾਨ ਨਹੀਂ ਦਿੰਦਾ ਸਫਾਈ ਨਹੀਂ ਹੋਣ ਦਿੰਦਾ ਜੀ ਸੋ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਖਣਾ ਪਵੇਗਾ ਆਪਸੀ ਤਾਲਮੇਲ ਕਿਉਂ ਨਹੀਂ ਇਹਦੇ ਦੂਸਰੇ ਪਾਸੇ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਕਹਿੰਦਾ ਹੈ ਕਿ ਮੈਂ ਜਾਖਲ ਦੀ ਬੀਬੀ ਐਸਡੀ ਹੋਂਦੇ ਨਾਲ ਗੱਲ ਕੀਤੀ ਉਹਨੇ ਅੱਧੇ ਘੰਟੇ ਦੇ ਵਿੱਚ ਪੋਕਲਾਈਨ ਮਸ਼ੀਨ ਭੇਜਤੀ ਹੂੰ ਜੇ ਠੰਡੇ ਕਬਰਾਂ ਚੋਂ ਮਾਨ ਸਾਹਿਬ ਅਫਸਰਾਂ ਨੂੰ ਬਾਹਰ ਕੱਢੋਂਗੇ 1997 ਦੇ ਵਿੱਚ ਪੰਥਰਤਨ ਜਥੇਦਾਰ ਗੁਰਚਰ ਸਿੰਘ ਟੋੜਾ ਦੇ ਦਬਾਦ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣ ਗਏ ਉਹ ਕਹਿੰਦੇ ਮੇਰੇ ਕੋਲੇ ਹਰਮੇਲ ਸਿਓ ਆਇਆ ਵੀ ਦੱਸੋ ਬਾਪੂ ਜੀ ਕਿਵੇਂ ਕਰਨਾ ਹੈ ਕਹਿੰਦੇ ਇਹਨਾਂ ਸਾਰੇ ਅਫਸਰਾਂ ਦੇ ਕਮਰਾ ਜੋ ਏਸੀ ਪਟਾ ਦੇ ਇਹਨਾਂ ਨੂੰ ਫੀਲਡ 'ਚ ਭੇਜ ਤੁਸੀਂ ਦੇਖਿਆ ਜਿਹੜੇ ਨਹਿਰੀ ਆਰਾਮ ਕਾਰਸਤੀ ਜਾਂ ਦੂਜੇ ਆਰਾਮ ਕਾਰਸਤੀ ਉਹ ਸੀ ਕਾਦੇ ਵਾਸਤੇ ਉਹ ਇਸੇ ਕੰਮ ਵਾਸਤੇ ਸੀ ਜਿਹੜੇ ਇਹਨਾਂ ਦੇ ਅਧਿਕਾਰੀ ਸੀ ਨੈਰੀ ਮਹਿਕਮੇ ਦੇ ਡਰੇਨੇਜ ਮਹਿਕਮੇ ਦੇ ਜਾਂ ਹੋਰ ਉਹ ਫੀਲਡ ਵਿੱਚ ਜਾਇਆ ਕਰਦੇ ਸੀ ਤੇ ਉਹ ਕਿਤੇ ਕਿਰਾਏ ਦੇ ਮਕਾਨ ਤੇ ਨਾ ਬੈਠਣ ਇਨਾ ਆਰਾਮ ਘਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਤਾਂ ਜੋ ਮੰਨ ਲਓ ਜ਼ਿਲ੍ਹਾ ਹੈੱਡਕੁਆਰਟਰ ਤੋਂ ਬੰਦਾ ਤੁਰੇ ਉਹਨੂੰ ਉੱਥੋਂ ਤੱਕ ਜਾਂਦਿਆਂ 2-4 ਘੰਟੇ ਦਾ ਰਾਹ ਹੀ ਲੱਗ ਜਾਣ ਇਸ ਕਰਕੇ ਬਣਾਏ ਗਏ ਸੀ ਇਹ ਤਾਲਮੇਲ ਦੀ ਘਾਟ ਕਾਰਨ ਸਾਰਾ ਕੁਝ ਵਾਪਰ ਰਿਹਾ ਤੇ ਮਾਨ ਸਾਹਿਬ ਜੀ ਅਗਲੇ ਸਾਲ ਚਾਹੁੰਦੇ ਹੋ ਸਰਕਾਰਾਂ ਆਪਸ ਵਿੱਚ ਦੀ ਤਾਲਮੇਲ ਕਰਨ ਜੇ ਕਿਸਾਨੀ ਅੰਦੋਲਨ ਮਾਰੇ ਹਰਿਆਣਾ ਤੇ ਪੰਜਾਬ ਦਾ ਕਿਸਾਨ ਇੱਕ ਪੰਚ ਤੇ ਬੈਠਾ ਸੀ ਵੱਡੇ ਤੇ ਛੋਟੇ ਭਰਾਵਾਂਾਂ ਦੀ ਭੂਮਿਕਾ ਅਦਾ ਕਰ ਰਿਹਾ ਸੀ ਉਹਨਾਂ ਨੂੰ ਬਥੇਰਾ ਕਿਹਾ ਤੁਹਾਨੂੰ ਪਾਣੀ ਨਹੀਂ ਦਿੱਤਾ ਆੜੀ ਦਿੱਤਾ ਔੜੀ ਦਿੱਤਾ ਉਹ ਨਹੀਂ ਦਿੱਤਾ ਹਰਿਆਣੇ ਦੀਆਂ ਬਹੁਤ ਸਾਰੀਆਂ ਸਤਕਾਰਤ ਬੀਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੂੰ ਹੱਥਾਂ ਤੇ ਚੱਕਿਆ ਘਰੇਆਂ ਚ ਆਇਆ ਨੂੰ ਉਹਨਾਂ ਦੇ ਕੱਪੜੇ ਧੋ ਤੋਕੇ ਦਿੱਤੇ ਉਹਨਾਂ ਵਾਸਤੇ ਨਾਸ਼ਤੇ ਬਣਾਏ ਮੈਨੂੰ ਯਾਦ ਆ ਸੋਨੀਪੱਤ ਦਾ ਖੇਤਰ ਦਾ ਇੱਕ ਉਹ ਕਹਿੰਦੇ ਕਿ ਆਪਣੇ ਕਿਸਾਨ ਉੱਥੇ ਗਏ ਉਹ ਕਹਿੰਦੇ ਜੀ ਉਹ ਦੋ ਗੁਸਲਖਾਨੇ ਸਾਡੇ ਵਿਹਲੇ ਨੇ ਹਾਂ ਆ ਦੋ ਕਮਰੇ ਨੇ ਤੇ ਕਮਰੇ 'ਚ ਬੈਠੋ ਵਾਰੀ-ਵਾਰੀ ਇਸ਼ਨਾਨ ਕਰੋ ਤੇ ਉਦੋਂ ਤੱਕ ਤੁਹਾਨੂੰ ਚਾਹ ਬਰਉਣੀ ਆ ਮੈਂ ਨਾਸ਼ਤਾ ਬਰਉਣੀ ਆ ਹਾਂ ਉਹ ਕਹਿੰਦੇ ਕਿ ਸਾਤੋਂ ਕੱਪੜੇ ਫੜ ਲੇ ਵੀ ਜੇ ਤਾਂ ਲਿਜਾਣੇ ਨੇ ਸ਼ਾਮ ਨੂੰ ਜੀ ਫਿਰ ਤਾਂ ਠੀਕ ਹੈ ਜੇ ਸਵੇਰੇ ਲੈ ਜਾਓਗੇ ਮੈਂ ਪ੍ਰੈਸ ਵੀ ਕਰ ਦੂੰ ਹੂੰ ਉਹ ਕਹਿੰਦੇ ਸਸੀ ਉਸ ਬੇਟੀ ਨੂੰ ਕੁਝ ਸ਼ਗਨ ਦੇ ਤੌਰ ਤੇ ਦੇਣਾ ਚਾਹਿਆ ਹੂੰ ਉਹਨੇ ਲਿਆ ਨਹੀਂ ਕਹਿੰਦੇ ਧੀਏ ਇੱਕ ਪਾਸੇ ਤੂੰ ਕਹਿੰਦੀ ਆ ਤੁਸੀਂ ਮੇਰੇ ਪਿਤਾ ਸਮਾਨ ਹੋ ਹੂੰ ਤੇ ਫਿਰ ਪਿਤਾ ਦਾ ਫਰਜ਼ ਹੁੰਦਾ ਧੀ ਨੂੰ ਅਸ਼ੀਰਵਾਦ ਦੇਣਾ ਤੂੰ ਸਾਨੂੰ 15 ਬੰਦਿਆਂ ਨੂੰ ਦੋ ਜਣੀਆਂ ਨੇ ਤੁਸੀਂ ਪਰੌਂਠੇ ਵੀ ਖਵਾਤੇ ਸਾਡੇ ਕੱਪੜੇ ਵੀ ਫੜਲੇ ਵੀ ਅਸੀਂ ਧੋਨੇ ਐ ਅਸੀਂ ਸਾਰਿਆਂ ਨੇ ਇਸ਼ਨਾਨ ਵੀ ਕਰ ਲੇ ਗਰਮ ਪਣੀ ਵੀ ਮਿਲ ਗਿਆ ਸਾਰਿਆਂ ਨੂੰ ਤੇ ਫਿਰ ਤੁਹਾਨੂੰ ਯਾਦ ਆ ਜੇ ਅਸੀਂ ਵਿਆਹ ਦੇ ਵਿੱਚ ਵੀ ਜਾਈਏ ਬਰਾਤ ਜਾਈਏ ਜੀ ਜੇ ਉਸ ਪਿੰਡ ਦੇ ਵਿੱਚ ਜਿਹੜੀਆਂ ਆਪਣੇ ਪਿੰਡ ਦੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਨੇ ਉਹਨਾਂ ਨੂੰ ਪੱਤਲ ਦੇਣ ਜਾਇਆ ਜਾਂਦਾ ਸੀ ਸਪੈਸ਼ਲ ਤੌਰ ਤੇ ਉਹਨਾਂ ਦੇ ਘਰ 'ਚ ਜਿਨ੍ਹਾਂ ਘਰਾਂ ਦਾ ਥਵਾਕ ਚੰਗਾ ਉਹਨਾਂ ਦੀ ਸੱਸਾਂ ਬਹੁਤ ਹੱਥਾਂ ਤੇ ਚੱਕਦੀਆਂ ਸੀ ਕਿ ਮੇਰੇ ਨੂਰਾਨੀ ਦੇ ਪਿੰਡ ਤੋਂ ਬੰਦੇ ਆਏ ਨੇ ਕਈ ਦੂਜਿਆਂ ਵੀ ਹੁੰਦੀਆਂ ਸੀ ਜੇ ਦੇਖ ਕੇ ਬੱਥੇ-ਬੱਟ ਪਾ ਲੈਂਦੀਆਂ ਸੀ ਲੇਕਰ ਕਈ ਵਾਰੀ ਮੈਨੂੰ ਯਾਦ ਆਇਆ ਸੀ ਦੋ ਤਿੰਨ ਥਾਂਾਂ ਘਰਾਂ ਦੇ ਵਿੱਚ ਗਏ ਉਹਨਾਂ ਮਾਤਾਵਾਂ ਨੇ ਜਿੱਥੇ ਸਾਰਿਆਂ ਨੇ ਬਿਤ ਮੁਤਾਬਕ ਕੁੜੀ ਨੂੰ ਸ਼ਗਨ ਦਿੱਤਾ ਤਾਂ ਉਹਦੀ ਸੱਸ ਨੇ ਉਹਨਾਂ ਉਹਨਾਂ ਸ਼ਗਨ ਦੀ ਗੱਲਾਂ ਮੋੜਿਆ ਉਲਟਾ ਸਾਨੂੰ ਕੰਬਲ ਵੀ ਦਿੱਤੇ ਹੂੰ ਇਹ ਸੀ ਪੰਜਾਬ ਦਾ ਸੱਭਿਆਚਾਰ ਜੀ ਉਹ ਲੋਕੋ ਪੰਜਾਬ ਦੇ ਸੱਭਿਆਚਾਰ ਨੂੰ ਅਪਣਾ ਲਓ ਅੱਸ ਵਾਰ ਸਾਰੇ ਜਿਹੜੇ ਲੱਗ ਕੇ ਨਦੀਆਂ ਨਾਲੇ ਆਪਸ ਮਾਰ ਲਿਓ ਔਰ ਜਿਹੜੇ ਫੈਕਟਰੀਆਂ ਆਲੇ ਪਾਣੀ ਪਾਉਂਦੇ ਐ ਇਹਨਾਂ ਫੈਕਟਰੀਆਂ ਤੇ ਜਾ ਕੇ ਧਰਨੇ ਦਿਓ ਹੂੰ ਬੰਨ ਮਾਰੋ ਉੱਥੇ ਉੱਚੇ ਉੱਚੇ ਇਹ ਕੰਮ ਇਹਨਾਂ ਦਾ ਨਹੀਂ ਕਿ ਇਹ ਨਹਿਰਾਂ ਚ ਪਾਣੀ ਸਟਣ ਜਾਂ ਨਾਲਿਆਂ ਚ ਸਟਣ ਇਹ ਕੰਮ ਕਰਦੇ ਹੋ ਅਗਲੀ ਵਾਰੀ ਤੁਹਾਡੇ ਪੰਜਾਬ ਦੇ ਵਿੱਚ ਬਹਿ ਸਭ ਦਾ ਜੇ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਤਾ ਕੋਈ ਹੱਡ ਨਹੀਂ ਆਏਗਾ ਤੇ ਸਰਕਾਰ ਤਾਲਮੇਲ ਬਣਾ ਕੇ ਇਹਨਾਂ ਨੂੰ ਖਰਚਾ ਭੇਜੇ ਜੀ ਸਰਬ ਦੂਜੇ ਪਾਸੇ 1285 ਕਰੋੜ ਦਾ ਕਿਹਾ ਜਾ ਰਿਹਾ ਹੈ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਸਬੰਧ ਦੇ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਗਈ ਹੈ ਜੀ ਇਹ ਸਾਡੇ ਮੁੱਖ ਸਕੱਤਰ ਨੇ ਜੀ ਅਨੁਰਾਗ ਬਰਮਾ ਹਮ ਅਨੁਰਾਗ ਬਰਮਾ ਸਾਹਿਬ ਨੇ ਜਿਹੜੇ ਕੇਂਦਰ ਦੇ ਗ੍ਰਹਿ ਸਕੱਤਰ ਨੇ ਉਹਨਾਂ ਦਾ ਨਾਮ ਹੈ ਮਿਸਟਰ ਭੋਲਾ ਇਹ ਉਹ ਭੋਲਾ ਜੀ ਨੇ ਅਜੇ ਭੋਲਾ ਹਮ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਹਜ਼ਾਰ ਤੋਂ ਵੱਧ ਸਾਡੇ ਘਰ ਤੈਗੇ 7304 ਤੱਕ ਜਵਾਨ ਨਸ਼ਟ ਹੋ ਗਏ 734 ਹੋਰਾਂ ਨੂੰ ਵੀ ਨੁਕਸਾਨ ਪਹੁੰਚਿਆ 38 ਮੌਤਾਂ ਹੋਈਆਂ ਨੇ ਕਿਸਾਨੀ ਵਾਲਾ ਵੱਖਰਾ ਹੈ ਤੇ 1285 ਕਰੋੜੇ ਨੁਕਸਾਨ ਹੋ ਗਿਆ ਮੁੱਖ ਸਕੱਤਰ ਦੀ ਚਿੱਠੀ ਮੁਤਾਬਕ ਤੇ ਪੰਜਾਬ ਸਰਕਾਰ ਨੇ ਕਿੰਨਾ ਦਿੱਤਾ ਹੈ 100 ਤੇ 2 ਕਰੋੜ 3 ਕਰੋੜ 103 ਕਰੋੜ 71 ਕਰੋੜ 50 ਲੱਖ ਤੇ 31 ਕਰੋੜ 50 ਲੱਖ ਕੇਂਦਰ ਸਰਕਾਰ ਨੇ ਕਿੰਨਾ ਦਿੱਤਾ 218 ਕਰੋੜ 40 ਲੱਖ ਇਹ ਕੁੱਲ ਮਿਲਾ ਕੇ ਤਾਂ 218 ਤੇ 32 221 ਕਰੋੜ 40 ਲੱਖ ਬਣਿਆ ਹੂੰ 300 21 ਕਰੋੜ 40 ਲੱਖ ਤੇ ਇਹਨਾਂ ਦੇ ਅਨੁਸਾਰ 1285 ਕਰੋੜ ਦਾ ਤੇ ਜਿਹੜਾ 950 ਕਰੋੜ ਦਾ ਹੋਰ ਨੁਕਸਾਨ ਹੈ ਉਹ ਤੁਰੰਤ ਸਾਡੀ ਪਰਪਾਈ ਕਰੋ ਅਜੇ ਫਸਲਾਂ ਦਾ ਨੁਕਸਾਨ ਗਿਣਿਆ ਜਾਣਾ ਉਹਦਾ ਗਿਤਾਵਰੀਆਂ ਤੋਂ ਬਾਅਦ ਪਤਾ ਲੱਗੇਗਾ ਫਸਲਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਬਿਲਕੁਲ ਜੀ ਨਾਲ ਹੀ ਬਲਵਪੁਰ ਸਾਹਿਬ ਉਹਨਾਂ ਨੇ ਕਿਹਾ ਕਿ ਹੜਕੂ ਹੜ ਮਾਰੂ ਖੇਤਾਂ ਦਾ ਦੌਰਾ ਕਰਨ ਵਾਸਤੇ ਜਿਹੜੀ ਤੁਹਾਡੀ ਸਪੈਸ਼ਲ ਟੀਮ ਹੈ ਹੂੰ ਉਹਨੂੰ ਤੁਰੰਤ ਨਾਮਜ਼ਦ ਕੀਤਾ ਜਾਵੇ ਉਹ ਆਵੇ ਇੱਥੇ ਆ ਕੇ ਦੇਖੇ ਕਿ ਨੁਕਸਾਨ ਕਿੰਨਾ ਹੋ ਗਿਆ ਜੇ ਟੀਮਾਂ ਅੱਜ ਤੋਂ 15 ਦਿਨਾਂ ਨੂੰ ਆਈਆਂ ਉਹ ਸਥਿਤੀ ਤਾਂ ਰਹਿਣੀ ਨਹੀਂ ਜਾਂ ਸਰਕਾਰ ਦਾ ਕੰਮੇ ਸੀ ਡਰੋਨ ਰਾਹੀਂ ਇਹਦਾ ਸਾਰਾ ਜਾਇਜ਼ਾ ਲੈ ਕੇ ਹੁਣ ਤੱਕ ਇਹ ਕੇਂਦਰ ਦੀ ਟੀਮ ਨੂੰ ਭੇਜ ਦਿੱਤਾ ਜਾਂਦਾ ਕਈ ਥਾਵਾਂ ਤੇ ਦੁਬਾਰਾ ਜੀਰੀ ਲੱਗ ਜਾਣੀ ਹੈ ਲੇਕਿਨ ਜੇ ਪਾਣੀ ਹੁਣ ਫੇਰ ਆ ਕੇ ਇਹਨੇ ਖੇਤਾਂ ਦੇ ਵਿੱਚ ਫੈਲ ਗਿਆ ਤਾਂ ਨਾ ਤਾਂ ਪਨੀਰੀ ਮਿਲੇਗੀ ਤੇ ਨਾ ਜਿਰੀ ਲੱਗ ਸਕਣੀ ਐ ਇਸ ਲਈ ਤੁਰੰਤ ਪੱਧਰ ਤੇ ਇਹਨਾਂ ਦਾ ਜਾਇਜ਼ਾ ਲੈਣ ਵਾਸਤੇ ਇੱਥੋਂ ਤੱਕ ਕਿ ਬੀਬੀ ਰਜਿੰਦਰ ਕੌਰ ਪਠੱਲ ਵੀ ਕੱਲ ਇੱਕ ਵਿਆਹ 'ਚ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਜਿਨ੍ਹਾਂ ਨੇ ਤੁਰੰਤ ਪੱਧਰ ਤੇ ਮੁੱਖ ਮੰਤਰੀ ਨੂੰ ਕਿਹਾ ਕਿ ਨੁਕਸਾਨ ਦਾ ਜਿਹੜੀ ਭਪਾਈ ਐ ਉਹ ਤੁਰੰਤ ਪੱਧਰ ਤੇ ਕੀਤੀ ਜਾਵੇ ਜੀ ਟਿਰ ਸਾਹਿਬ ਪਿਛੇ ਦਿਨਾਂ ਦੇ ਵਿੱਚ ਇੱਕ ਹੋਰ ਖੁਲਾਸਾ ਸਾਹਮਣੇ ਆਇਆ ਸੀ ਕਿ ਜਿਹੜੇ 2022 ਦੀਆਂ ਚੋਣਾਂ ਦੇ ਦੌਰਾਨ ਜਿਹੜੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ ਤਾਂ ਉਹਦੇ ਵਿੱਚ ਕਹਿੰਦੇ ਠੱਗੀ ਮਾਰਨ ਦਾ ਕਰੋੜਾਂ ਦਾ ਮਾਮਲਾ ਸਾਹਮਣੇ ਆਇਆ ਸੀ ਬਈ ਉਹਨਾਂ ਤੋਂ ਲੈ ਕੇ ਤੇ ਹੁਣ ਅਕਾਲੀ ਦਲ ਦੇ ਜਿਹੜੇ ਆਗੂ ਨੇ ਮਹਿੰਦਰ ਗਰੇਵਾਲ ਉਹਨਾਂ ਨੇ ਸਵਾਲ ਚੁੱਕਿਆ ਵੀ ਕਹਿੰਦੇ ਵੀ ਉਹਨਾਂ ਕੋਲੋਂ ਪੈਸਾ ਆਇਆ ਕਿੱਥੋਂ ਕਹਿੰਦੇ ਜਾਂਚ ਤਾਂ ਇਹਦੀ ਹੋਣੀ ਚਾਹੀਦੀ ਕਹਿੰਦੇ ਦੇਖੋ ਗਰੇਵਾਲ ਸਾਹਿਬ ਦੂਜੀ ਪਾਰਟੀ 'ਚ ਉਹਨਾਂ ਦਾ ਸਵਾਲ ਚੱਕਣਾ ਜਾਇਜ਼ ਹੈ ਹੂੰ ਪੈਸੇ ਤਾਂ ਸਾਰੀ ਖਰਚ ਕਰਦੇ ਆ ਹੂੰ ਬਿਲਕੁਲ ਜੀ ਇਹ ਜਿੰਨਾਂ ਦੇ ਨਾਂ ਆਏ ਸੀ ਵਿੱਚ ਲੁਧਿਆਣੇ ਵਾਲੇ ਬਹੁਤ ਜ਼ਿਆਦਾ ਨੇ ਹੂੰ ਲੁਧਿਆਣਾ ਜੀ ਤੇ ਐਹ ਜੇ ਮੌਕੇ ਤੇ ਕਹਿੰਦੇ ਆ ਕਿ ਵਗਦੀ ਗੰਗਾ ਵਿੱਚ ਹੱਥ ਧੋ ਲਓ ਹਮ ਹਿਸ਼ੰਦਰ ਕਰੇਵਾਲ ਸਾਹਿਬ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਆਖਿਆ ਕਿ ਇਸ ਸਬੰਧ ਦੇ ਵਿੱਚ ਜਿਹੜਾ ਆਮਦਨ ਕਰ ਵਿਭਾਗ ਹੈ ਉਹ ਹਰਕਤ 'ਚ ਆਵੇ ਹਮ ਇਹ ਜਿਹੜੀ ਠੱਗੀ ਨਹੀਂ ਬੱਜੀ ਜਿਨ੍ਹਾਂ ਨੇ ਪਤਾ ਨਹੀਂ ਐਡੇ ਨੌਸਰ ਬਾਅਦ ਕਿਵੇਂ ਆ ਗਏ ਆਮ ਤੌਰ ਤੇ ਤਾਂ ਰਾਸੀ ਆਗੂ ਤੋਂ ਤੇਜ਼ ਤਰਾਰ ਤਾਂ ਕੋਈ ਹੋ ਨਹੀਂ ਸਕਦਾ ਬਿਲਕੁਲ ਜੀ ਤੇ ਜੇ ਕੋਈ ਕਹਿੰਦੇ ਆ ਚੋਰਾ ਨੂੰ ਮੋਹਰ ਮੋਹਰਾਂ ਨੂੰ ਹੋਰ ਹਮ ਉਹਨਾਂ ਨੂੰ ਵੀ ਕੋਈ ਪੈ ਗਿਆ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਨਾ ਚੋਰਾ ਨੂੰ ਮੋਰ ਹੂੰ ਜੇ ਹੱਡ ਭੰਨ ਨਹੀਂ ਕਮਾਈਆ ਹੱਕ ਸੱਚ ਦੀ ਕਮਾਈ ਹੈ ਉਹਦੇ ਨਾਲ ਤਾਂ ਇੰਨਾ ਰਿਪੋਰਟ ਇਕੱਠਾ ਹੋ ਨਹੀਂ ਸਕਦਾ ਹੂੰ ਤੋਂ ਜੇ ਇਹਦੇ ਮਾਮਲੇ ਦੇ ਵਿੱਚ ਆਮਦਨ ਕਰ ਭਾਗ ਜਾਂਚ ਕਰ ਲੇਗਾ ਤੇ ਫਿਰ ਇਹ ਗੱਲ ਵੀ ਸਾਹਮਣੇ ਆ ਜਾਈ ਕਿਉਂਕਿ ਇਹ ਪੈਸਾ ਐਡੀ ਪੱਤਰ ਤੇ ਆਇਆ ਕਿੱਥੋਂ ਜਾਂ ਫਿਰ ਵਿਜੀਲੈਂਸ ਕਰ ਲੈ ਹੂੰ ਆਮਦਨ ਵਾਲੇ ਆਮ ਤੌਰ ਤੇ ਪੈਸੇ ਜਿਹੜੇ ਐ ਉਹ ਆਮਦਨ ਕਰ ਭਾਗ ਵੱਲੋਂ ਕੀਤਾ ਜਾਂਦਾ ਹੈ ਜੀ ਤੇ ਟਰਸਰ ਦੂਜੇ ਪਾਸੇ ਪ੍ਰਵਿੰਦਰ ਝੋਟੇ ਨੂੰ ਲੈ ਕੇ ਜਿਹੜਾ ਗ੍ਰਿਫਤਾਰੀ ਦਾ ਮਾਮਲਾ ਲਗਾਤਾਰ ਗਰਮਾਂਦਾ ਨਜ਼ਰ ਆ ਰਿਹਾ ਤੇ ਅੱਜ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਜਿਹੜੇ ਵਿਧਾਇਕ ਨੇ ਉਹ ਅੱਜ ਉਹਨਾਂ ਦੇ ਘਰ ਪਹੁੰਚੇ ਨੇ ਦੇਖੋ ਕੱਲ ਉੱਥੇ ਇੱਕ ਵੱਡਾ ਕਟਸਦਿਆ ਗਿਆ ਸੀ ਉੱਥੋਂ ਦੀਆਂ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਸਾਡੇ ਇੱਥੇ ਕੋਈ ਰਾਸੀ ਆ ਗੁਰਾ ਆਵੇ ਹੂੰ ਭਾਵੇਂ ਰਾਜਕਰਦੀ ਪਾਰਟੀ ਹੈ ਜਾਂ ਦੂਜੀ ਪਾਰਟੀ ਹੈ ਉਹਨਾਂ ਨੇ ਕੱਲ ਅਲਟੀਮੇਟਮ ਦਿੱਤਾ ਕਿ 14 ਅਗਸਤ ਤੱਕ ਜੀ ਅਸੀਂ ਪਿੰਡ-ਪਿੰਡ ਜਾਵਾਂਗੇ ਸ਼ਹਿਰ-ਸ਼ਹਿਰ ਜਾਵਾਂਗੇ ਲੋਕਾਂ ਨੂੰ ਲਾਮਬੰਦ ਕਰਾਂਗੇ ਇਹ ਜਿਹੜਾ ਮਾਨਸਾ ਦੇ ਵਿੱਚ ਮੋਰਚਾ ਲੱਗਿਆ ਹੈ ਇਹ ਦਿੱਲੀ ਦੇ ਕਿਸਾਨੀ ਮੋਰਚੇ ਵਾਂਗ ਰਹੇਗਾ ਜੀ ਅੱਜ ਸੁਖਪਾਲ ਸਿੰਘ ਕਹਿ ਰਹੇ ਕਿਉਂਕਿ ਤੁਹਾਡਾ ਕੱਲ ਦਾ ਸੱਦਾ ਸੀ ਕਿ ਰਾਸੀ ਪਾਰਟੀ ਦੇ ਆਗੂ ਬੋਲਣ ਨਹੀਂ ਦੇਣਾ ਇਸ ਲਈ ਮੈਂ ਅੱਜ ਆਇਆ ਉਹਨਾਂ ਨੇ ਸ਼ਰਮ ਪੁਲਿਸ ਨੂੰ ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਕਿ ਜਿਹੜੇ ਵਿਅਕਤੀ ਨਸ਼ਿਆਂ ਦੀ ਰੋਕத் ਥਾਮ ਲਈ ਕੰਮ ਕਰਦੇ ਆ ਤੁਸੀਂ ਉਹਨਾਂ ਨੂੰ ਫੜੀ ਜਾਂਦੇ ਹੋ ਉਹ ਕਹਿੰਦੇ ਮੈਨੂੰ ਤਾਂ ਆਪਸਾਇਆ ਵਾ ਮੈਂ ਕਟਾਰੂ ਚੱਕਲਾ ਮਾਮਲਾ ਠਾਇਆ ਤੇ ਮੇਰੇ ਤੇ ਕਰ ਐਸਡੀਓ ਤੋਂ ਪਰਚਾ ਦਰਜ ਕਰਵਾਤਾ ਕਹਿੰਦੇ 50 ਕਰ ਲਓ ਪਹਿਲਾਂ ਵੀ ਭੁਗਤਦੇ ਆ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਕਹਿ ਰਹੇ ਹੋਰ ਆ ਰਹੇ ਹੋਰ ਕੀ ਹੈ ਕਿ ਜੋ ਵੀ ਕਹੋਗੇ ਅਸੀਂ ਤੁਹਾਡੇ ਨਾਲ ਆਏ ਮੁੰਡੇ ਨਾਲ ਬੁੱਢਾ ਜੋੜ ਕੇ ਚੱਲਾਂਗੇ ਲekin ਹੁਣ ਸਾਨੂੰ ਪੰਜਾਬ ਦੇ ਵਿੱਚ ਨਸ਼ਿਆਂ ਦੇ ਪ੍ਰਤੀ ਖੜਾ ਹੋਣਾ ਪਵੇਗਾ ਪਿੰਡ-ਪਿੰਡ ਜਾਣਾ ਪਵੇਗਾ ਮਾਨ ਸਾਹਿਬ ਨੇ 3 ਮਹੀਨੇ ਕਿਹਾ ਸੀ ਕੈਪਟਨ ਬਰਿੰਦਰ ਸਿੰਘ ਨੇ 4 ਮਹੀਨੇ ਕਿਹਾ ਸੀ ਨਿੱਕੇ ਮੂਠੇ ਬੰਦਿਆਂ ਨੂੰ ਕਹਿੰਦੇ ਫੜ ਲੈਂਦੇ ਆ ਵੱਡੇ ਛੱਡੇ ਵਿਆ ਤੇ ਪਿਛਲੀ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਤੋ ਲਪਾਫੇ ਹੀ ਨਹੀਂ ਖੁੱਲੇ ਹੂੰ ਸੀਲ ਬੰਦ ਲਪਾਫੇ ਸੀ ਜਿਹੜੇ ਹੁਣ ਖੁੱਲੇ ਨੇ ਸੋ ਨਸ਼ਿਆਂ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਬਚਣਾ ਕਿਵੇਂ ਹੈ ਜੇ ਬਾਰਡਰ ਖੁੱਲ ਜੇ ਸਾਡਾ ਵਪਾਰ ਵੱਧ ਜੇ ਇਸ ਖਿੱਤੇ ਨੂੰ ਫਾਇਦਾ ਹੋਵੇਗਾ ਬੱਚਿਆਂ ਨੂੰ ਰੁਜ਼ਗਾਰ ਕਿੱਥੇ ਦੇਣਾ ਹੈ ਫੈਕਟਰੀਆਂ ਕਿੱਥੇ ਲਾਉਣੀਆਂ ਨੇ ਇੱਥੋਂ ਤੱਕ ਕਿ ਇਹ ਸਰਕਾਰ ਤਾਂ ਹੌਪਰ ਵਰਗੇ ਰੈਸਟੋਰੈਂਟ ਤੋਂ ਬੰਦ ਕਰਾਉਣ ਤੇ ਤੁਲੀ ਵੀ ਆ ਜਿਹੜਾ 50 ਲੱਖ ਰੁਪਏ ਸਰਕਾਰ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਪੈਸੇ ਆਮਦਨ ਪਾਉਂਦਾ ਹੈ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇंदे ਨੇ ਉਹਦੇ ਤੇ ਕਦਮ ਨਹੀਂ ਚੁੱਕਿਆ ਲਗਾਤਾਰ ਲੋ ਅਮਰਸਰ ਦੀ ਪੁਲਿਸ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਚੀਮਾ ਸਾਹਿਬ ਜਿਹੜੇ ਸਾਡੇ ਮੰਤਰੀ ਦੇ ਆਪਕਾਰੀ ਵਿਭਾਗ ਦੇ ਉਹਨਾਂ ਕੱਲੀ-ਕੱਲੀ ਗੱਲ ਪਤਾ ਹੈ ਇਹ ਜਿਹੜਾ ਕੰਮ ਸ਼ਰਾਬ ਦਾ ਐਕਸ਼ਨ ਲੈਣਾ ਹੈ ਆਪਕਾਰੀ ਵਿਭਾਗ ਦੇ ਸਾਰਾ ਠੇਕਾ ਅਮਰਸਰ ਦੀ ਪੁਲਿਸ ਨੇ ਲਿਆ ਵਾ ਸੋ ਇਹ ਚੀਜ਼ਾਂ ਬਹੁਤ ਮੰਨਨ ਨੇ ਇਹਨਾਂ ਦੇ ਉੱਤੇ ਸਰਕਾਰ ਨੇ ਜੇ ਸ਼ਕਤੀ ਨਾ ਕੀਤੀ ਸਰਕਾਰ ਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਉਸ ਪਾਸੇ ਵੱਲ ਤੁਰਨ ਦੀ ਲੋੜ ਹੈ ਜੇ ਸਰਕਾਰ ਸਹੀ ਪਾਸੇ ਬਹੁਤ ਚਲੇਗੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਮਾਨ ਸਾਹਿਬ ਆ ਜਿਹੜਾ ਸਹੀ ਕਦਮ ਵੱਲ ਉਠਾ ਦਿਓ ਆ ਜਿਹੜੀ ਸ਼ਰੋਨੀ ਕਰਨ ਦਾ ਪਰਵੰਧ ਕਮੇਟੀ ਦਾ ਤੁਸੀਂ ਮਾਮਲੇ ਠਾਉਨੇ ਹੋ ਇਹਨਾਂ ਦਾ ਰਿਕਾਰਡ ਐਡਿਟ ਕਰਾ ਦਿਓ ਇਹਨਾਂ ਦਾ ਹਸਾਬਕਤਾ ਆਡਿਟ ਕਰਾ ਦਿਓ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਬੋਟਾ ਤੁਹਾਡੇ ਖਾਤੇ ਚ ਹੀ ਪੈਣਗੀਆਂ ਔਰ ਹੋਰ ਜਥੇਦਾਰ ਸਾਹਿਬ ਦਾ ਜਿਹੜਾ ਮਾਮਲਾ ਅੱਤੇ ਸੈਕੰਡ ਚ ਹੀ ਮੰਨ ਲਿਆ ਕਿ ਜੱਦਰ ਸਾਹਿਬ ਦਾ ਹੁਕਮ ਹੈ ਤੇ ਲੋਕਾਂ ਨੂੰ ਵੀ ਸਮਝ ਆ ਗਈ ਕਿ ਗੈਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਕਿਉਂ ਗਿਆ ਸੀ ਹੂੰ ਤੇ ਗੈਨੀ ਹਰਪ੍ਰੀਤ ਸਿੰਘ ਸਵਾ ਸਾਲ ਤੋਂ ਕਹਿੰਦੇ ਆ ਰਹੇ ਨੇ ਕਿ ਆਪਦਾ ਚੈਨਲ ਚਲਾਓ ਇੱਕ ਜਥੇਦਾਰ ਵੀ ਪਾਰਸ਼ਲਟੀਆਂ ਹੋ ਗਈਆਂ ਇੱਕ ਜਥੇਦਾਰ ਦੀ ਮੰਨ ਲਈ ਗੈਨੀ ਨਗਵੀਰ ਸਿੰਘ ਜਥੇਦਾਰ ਆ ਤੇ ਜਿਹੜੇ ਗੈਨੀ ਹਰਪ੍ਰੀਤ ਸਿੰਘ ਸੀ ਉਹ ਕਿਹੜੇ ਜਥੇਦਾਰ ਸੀ ਜੀ ਕਾਰਜਕਾਰੀ ਸੀ ਸੀ ਕਾਰਜਕਾਰੀ ਪਰ ਬੈਠੇ ਤਾਂ ਉੱਥੇ ਸੀ ਇਹਨਾਂ ਨੇ ਬਹਾਇਆ ਸੀ ਬਿਲਕੁਲ ਜੀ ਤੇ ਉਹਨਾਂ ਦਾ ਜਿਹੜਾ 3 ਮਈ 2022 ਦਾ ਕਿਹਾ ਹੁਕਮਨਾਮਾ ਕਿ ਤੁਰੰਤ ਤੁਸੀਂ ਸੈਟੇਲਾਈਟ ਤੇ ਦੂਜਾ ਚੈਨਲ ਚਲਾਓ ਸੈਟੇਲਾਈਟ ਤੇ YouTube ਚੈਨਲ ਜੀ ਉਹਦੀ ਗੱਲ ਮੰਨਣ ਵਾਲ ਤੇ ਕਮੇਟੀਆਂ ਬਣ ਗਈਆਂ ਹੁਣ ਕੱਲ ਜਥੇਦਾਰ ਨੇ ਕਿਹਾ ਤੇ 24 ਤਰੀਕ ਤੋਂ ਫਿਰ ਨਿੱਜੀ ਚੈਨਲ ਅਜੇ ਜਾਰੀ ਰੱਖਣਗੇ ਜਾਰੀ ਰੱਖਣਗੇ ਜੀ ਜੀ ਤੇਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਸ਼ੁਕਰੀਆ ਮਿਹਰਬਾਨੀ ਜੀ ਤੇ ਪਾਦਰਸ਼ ਕੋ ਕੱਲ ਫੇ ਮਿਲਾਂਗੇ ਨਵੇਂ ਤੇ ਤਾਜ਼ੇ ਖਬਰ ਲੈ ਕੇ ਤਦ ਤੱਕ ਦੇ ਉਜਾਸਤ ਧੰਨਵਾਦ